जगबाणी देख रहे सारे श्रोतियों प्यार भरी सत श्रीकाल। मैं हाँ कशी सिंगला। दोस्तों इस टाइम आप खड़े हैं मोगा के पिंड छोटियां कलां दे विच, जिथे दे पंच चाचे मशहूर हैं। इतों का कहना है कि कोई भी इस पिंड का चक्कर नहीं लगा सकता, ना ही इस पिंड कोई चक्की लगती है, तो ना ही पिंड चुवारा पैंदा है, तो नाल ही इत्थे कोई भी जिहड़ा कि चेचक की बीमारी तो मरदा नहीं है। पिंड वासियों नाल गलबात करांगे कि जिहड़े कि यह जी श्रद्धा पूर्वक उन्हां वल्लों जिहड़ी चीज़ां इह मन्नियां जा रही हैं कदों तो मन्नियां जा रही हैं। ਬਾਈ ਜੀ ਜਗਬਾਣੀ ਤੇ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਇਹ ਕਦੋਂ ਤੋਂ ਇਹ ਜਿਹੜੀ ਚੀਜ਼ਾਂ ਚੱਲੀਆਂ ਆ ਰਹੀਆਂ ਜਿਹੜੀਆਂ ਪੰਜ ਚੱਚੇ ਜਿਹੜੇ ਮਸ਼ਹੂਰ ਹੈ ਪਿੰਡ ਛੋਟੀਆਂ ਕਲਾਂ ਦੇ? ਇਹ ਤਾਂ ਜੀ ਮੁੜ ਤੋਂ ਹੀ ਹੈ ਜੀ। ਕੀ ਕੀ ਚੀਜ਼ਾਂ ਹੈਗੀਆਂ ਜੀ? ਪੰਜ ਚੱਚੇ ਆ ਜੀ ਇਹ, ਮੰਨ ਲਓ ਜੀ ਚੱਕਰ ਨਹੀਂ ਕੱਢ ਸਕਦਾ ਕੋਈ ਆਪਣੇ ਪਿੰਡ ਦਾ ਜੀ, ਅਤੇ ਚੱਕੀ ਨਹੀਂ ਲੱਗ ਸਕਦੀ ਜੀ, ਚੇਚਕ ਦੀ ਬਿਮਾਰੀ ਨਹੀਂ ਹੋ ਸਕਦੀ ਜੀ, ਚੋਰੀ ਬਾਹਰਲਾ ਬੰਦਾ ਚੋਰੀ ਕਰਕੇ ਹੱਦ ਨਹੀਂ ਬਾਹਰ ਕਰ ਸਕਦਾ ਜੀ, ਤੇ ਇੱਕ ਚਬਾਰਾ ਨਹੀਂ ਉੱਤੇ ਪੈਂਦਾ। ਜੇ ਕੋਈ ਚਬਾਰਾ ਪਾਉਂਦਾ ਤੇ ਫਿਰ ਕੀ ਹੁੰਦਾ ਕੀ ਹੈ? ਕੋਈ ਘੱਟ ਘੱਟ ਨਵਲ ਜੀ ਤਾਂ ਨਹੀਂ ਚਬਾਰਾ ਪਿਆ ਕੋਈ ਜੀ, ਇੱਕ ਇੱਕ ਸੀ ਚਬਾਰਾ, ਉਹ ਸਾਡੇ ਪਹਿਲਾਂ ਜੀ ਉਹ ਟਾਤਾ ਸੀ ਉਹਨਾਂ ਨੇ। ਜਿਹੜਾ ਵੀ ਚਬਾਰਾ ਪਾਉਂਦਾ ਵਾ ਉਹਨਾਂ ਦਾ ਘਰ ਉੱਜੜ ਜਾਂਦਾ ਵਾ, ਕਿ ਬਿਮਾਰੀਆਂ ਘੇਰ ਜਾਂਦੀਆਂ, ਬਹੁਤ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਘਰ ਦੇ ਵਿੱਚ, ਯਾਨੀ ਕਿ ਇਵੇਂ ਹੋ ਨਹੀਂ ਸਕਦਾ ਜਿਵੇਂ ਬਾਬਾ ਜੀ ਨੇ ਬਚਨ ਕੀਤੇ ਆ ਉਵੇਂ ਹੋਊਗਾ, ਅਦਰਵਾਈਜ਼ ਬੰਦਾ ਬਰਬਾਦ ਹੋ ਜੂਗਾ। ਕਦੋਂ ਤੋਂ ਚੱਲਦਾ ਆ ਰਿਹਾ ਇਹ ਜੀ? ਮੁੱਢ ਤੋਂ ਹੀ ਚੱਲਦਾ ਆ ਰਿਹਾ ਵਾ, ਜਦੋਂ ਦੇ ਬਾਬਾ ਜੀ ਸੀਗੇ ਜੀ, ਬਾਬਾ ਜੀ ਨੇ ਜਦੋਂ ਦੇ ਬਾਬਾ ਜੀ ਇੱਥੇ ਸੀਗੇ ਪਿੰਡ ਦੇ ਵਿੱਚ ਰਹਿੰਦੇ ਸੀਗੇ, ਪਿੰਡ ਦੇ ਵਿੱਚ ਗੇੜਾ ਕੱਢਦੇ ਸੀਗੇ, ਨਾਮ ਜਪਦੇ ਸੀਗੇ, ਉਦੋਂ ਤੋਂ ਹੀ ਚੱਲਦਾ ਆ ਰਿਹਾ। ਇਹ ਕੋਈ ਮਾਨਤਾ ਹੈ ਜਾਂ ਕਿਸ ਤਰ੍ਹਾਂ ਦੀ ਜਿਹੜੀ ਪ੍ਰਥਾ ਹੈ, ਕਿਸ ਤਰ੍ਹਾਂ ਮਸ਼ਹੂਰ ਕਿਸ ਤਰ੍ਹਾਂ ਹੋਈ? ਨਹੀਂ ਜੀ, ਬਾਬਾ ਜੀ ਸੀਗੇ ਯਾਨੀ ਕਿ ਚਮਤਕਾਰ ਸੀਗੇ, ਜਦੋਂ ਬਾਬਾ ਜੀ ਕੁਛ ਵੀ ਬੋਲਦੇ ਸੀ ਉਹ ਹੁੰਦਾ ਸੀਗਾ, ਐਵੇਂ ਕਰਕੇ ਫਿਰ ਸਾਰੇ ਪਿੰਡ ਨੂੰ ਪਤਾ ਚੱਲਿਆ ਵੀ ਬਾਬਾ ਜੀ ਕਰਨੀ ਵਾਲੇ ਆ, ਤੇ ਉਦੋਂ ਤੋਂ ਹੀ ਫਿਰ ਸਾਰਾ ਕੁਛ। ਪੰਜ ਪੀਰਾਂ ਦੀ ਜਗ੍ਹਾ ਵੀ ਇੱਥੇ ਬਣੀ ਹੋਈ ਹੈ ਪਿੰਡ ਦੇ ਵਿੱਚ? ਪੰਜ ਪੀਰ ਆ ਹਾਂਜੀ, ਸਾਡੇ ਪਿੰਡ ਦੇ ਵਿੱਚ ਪੰਜ ਜਗ੍ਹਾ, ਪੰਜ ਪੀਰਾਂ ਦਾ ਪਿੰਡ ਸੀਗਾ ਇਹ, ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀਗਾ ਦਰਅਸਲ 'ਚ, ਇੱਥੇ ਸਾਰੇ ਕਬਰਾਂ ਸੀਗੀਆਂ ਪਹਿਲਾਂ ਜੀ, ਤੇ ਇੱਥੇ ਆਣ ਕੇ ਬਾਬਾ ਜੀ ਬੈਠ ਕੇ ਭਗਤੀ ਕਰਦੇ ਸੀਗੇ, ਤੇ ਫਿਰ ਜਿਹੜੀ ਗੱਲਾਂ ਉਹ ਕਹਿੰਦੇ ਉਹ ਸੱਚ ਹੁੰਦੀਆਂ, ਉਸੇ ਤਰ੍ਹਾਂ ਮੰਨਦੇ ਆ ਰਹੇ ਹਾਂ? ਹਾਂਜੀ, ਉਸ ਤਰ੍ਹਾਂ ਹੀ ਮੰਨਦੇ ਆ ਰਹੇ ਹਾਂ, ਜਿਵੇਂ ਬਾਬਾ ਜੀ ਨੇ ਕਿਹਾ ਸੀਗਾ ਉਹ ਸਭ ਸੱਚ ਹੁੰਦਾ ਵਾ। ਜੇ ਕਿਸੇ ਨੇ ਚੱਕੀ ਲਗਾਈ ਹੈ ਜੇ, ਤੇ ਉਹ ਫਿਰ ਕੀ ਹੁੰਦਾ ਕੀ ਉਸ ਨਾਲ? ਦੇਖੋ ਜੀ, ਬਿਮਾਰੀਆਂ ਚਿੰਬੜ ਜਾਂਦੀਆਂ ਵਾ ਬੰਦੇ ਨੂੰ, ਦੇ ਵਿੱਚ ਬਹੁਤ ਸਾਰੀ ਜਹਿਮਤ ਆ ਜਾਂਦੀ ਆ ਵੀ ਪੈਸਾ ਧੇਲਾ ਨਹੀਂ ਟਿਕਦਾ ਹੈਗਾ ਵਾ, ਬੰਦਾ ਯਾਨੀ ਕਿ ਬਰਬਾਦ ਹੋ ਜਾਂਦਾ ਵਾ, ਬਿਲਕੁਲ ਵੀ ਰੋਡ 'ਤੇ ਆ ਜਾਂਦਾ ਵਾ, ਫੈਮਿਲੀ ਲੋਸ ਹੋ ਜਾਂਦਾ ਵਾ, ਡੈਥ ਵੀ ਹੋ ਜਾਂਦੀ ਇੱਥੋਂ ਤੱਕ ਵੀ ਘਰ ਵਿੱਚ ਕਿਸੇ ਦੀ, ਜੇ ਬਾਬਾ ਜੀ ਦੀ ਕਹੀ ਨਾ ਮੰਨੀਏ ਤਾਂ ਬਹੁਤ ਕੁਛ ਹੁੰਦਾ ਵਾ। ਅਤੇ ਵੀਰਵਾਰ ਨੂੰ ਮੇਲੇ ਵੀ ਲੱਗਦਾ ਇੱਥੇ, ਅਤੇ ਵੱਡੇ ਮੇਲੇ ਵੀ ਹੁੰਦੇ ਕਹਿੰਦੇ ਪਿੰਡ ਦੇ ਵਿੱਚ? ਹਾਂਜੀ, ਹਰ ਵੀਰਵਾਰ ਨੂੰ ਲੰਗਰ ਲੱਗਦੇ ਆ ਬਾਬਾ ਜੀ ਦੇ, ਬਹੁਤ ਸੰਗਤ ਆਉਂਦੀ ਆ, ਦੂਰੋਂ ਨੇੜਿਓਂ ਵੀ ਆਉਂਦੀ ਆ, ਸਾਰਾ ਪਿੰਡ ਵੀ ਆਉਂਦਾ ਵਾ, ਨੇੜੇ ਦੇ ਪਿੰਡ ਵੀ ਆਉਂਦੇ ਆ ਮੱਥਾ ਟੇਕਣ ਵਾਸਤੇ, ਲੰਗਰ ਲੱਗਦੇ ਹਰ ਵੀਰਵਾਰ ਨੂੰ, ਅਤੇ 20 ਫੱਗਣ ਦਾ ਮੇਲਾ ਵੀ ਹੁੰਦਾ ਬਾਬਾ ਜੀ ਦੇ। ਇਹ ਸੀ ਪਿੰਡ ਵਾਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਬਾਬਾ ਜੀ ਦੇ ਬਚਨ ਤੋਂ ਬਾਅਦ ਇਹ ਪਿੰਡ ਦੇ ਵਿੱਚ ਜਿਹੜੀ ਕਹਾਵਤ ਮਸ਼ਹੂਰ ਹੋਈ ਆ, ਹੋਰ ਵੀ ਪਿੰਡ ਵਾਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ, ਉਹਨਾਂ ਦਾ ਕੀ ਕਹਿਣਾ? ਕਦੋਂ ਤੋਂ ਇਹ ਚੱਲਦੀ ਆ ਰਹੀ ਹੈ? ਇਹ ਸਟਾਰਟਿੰਗ ਤੋਂ ਹੀ ਚੱਲਦੀ ਆ ਰਹੀ ਆ, ਇਹਦੇ ਨਾਲ ਸਾਨੂੰ ਸਾਰਿਆਂ ਨੂੰ ਜਿਹੜੇ ਵੀ ਹੈਗੇ ਇੱਥੋਂ ਦੇ ਵਸਨੀਕ ਨੇ ਉਹਨਾਂ ਨੂੰ ਹਰ ਇੱਕ ਨੂੰ ਮੰਨਣਾ ਪੈਂਦਾ, ਜਦੋਂ ਵੀ ਕੋਈ ਇੱਥੋਂ ਪਿੰਡ ਤੋਂ ਬਾਹਰ ਜਾਂਦਾ ਉਹਨਾਂ ਨੂੰ ਵੀ ਆ ਕੇ ਇੱਥੇ ਮੱਥਾ ਟੇਕਣਾ ਪੈਂਦਾ, ਕਿਉਂਕਿ ਅਸੀਂ ਸਾਰੇ ਇਹਨਾਂ ਨੂੰ ਸ਼ੁਰੂ ਤੋਂ ਮੰਨਦੇ ਆ ਰਹੇ ਹਾਂ, ਸਾਡੀ ਪ੍ਰਥਾ ਅਸੀਂ ਹਰ ਇੱਕ ਗੁਰੂ ਪੀਰ ਨੂੰ ਮੰਨਣਾ ਜ਼ਰੂਰੀ ਆ, ਅਤੇ ਜੇ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਤਾਂ ਸਾਡਾ ਕੋਈ ਨਾ ਕੋਈ ਲੋਸ ਹੁੰਦਾ। ਮਤਲਬ ਇਹ ਸ਼ਰਧਾ ਦੇ ਜਾਂ ਅੰਧ ਵਿਸ਼ਵਾਸ ਕਹਿ ਸਕਦੇ ਆਪਾਂ? ਸ਼ਰਧਾ, ਫੁੱਲ ਸ਼ਰਧਾ ਪਿੰਡ ਦੀ ਇਹਨਾਂ 'ਤੇ, ਜੋ ਸਾਡੇ ਪੀਰ ਕਰਦੇ ਨੇ ਅਸੀਂ ਉਹਨਾਂ 'ਤੇ ਬਿਲੀਵ ਕਰਦੇ। ਕਹਿੰਦੇ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕਿ ਸੰਤਾਲੀ ਤੋਂ ਜਿਹੜੀ ਚੀਜ਼ਾਂ ਜਿਹੜੀ ਉਦੋਂ ਦੀ ਚੱਲਦੀ ਆ ਰਹੀ ਹੈ। ਹਾਂਜੀ, ਮੁਸਲਮਾਨਾਂ ਦਾ ਪਿੰਡ ਹੋਣ ਕਰਕੇ ਉਸ ਤੋਂ ਪਹਿਲਾਂ ਦੀ ਸਟਾਰਟਿੰਗ ਆ ਜੀ ਇਹ, ਕਿਉਂਕਿ ਮੁਸਲਮਾਨ ਹੋਣ ਕਰਕੇ ਫਿਰ ਇੱਥੇ ਕਬਰਾਂ ਸੀਗੀਆਂ ਅਤੇ ਮੁਸਲਮਾਨਾਂ ਦੇ ਹੀ ਪੀਰ ਸੀਗੇ ਇੱਥੇ ਸਾਰੇ ਪਿੰਡ 'ਚ ਹੀ, ਇਹ ਪਿੰਡ 'ਚ ਵਾਸਾ ਹੀ ਪੀਰਾਂ ਦਾ ਸੀਗਾ ਜ਼ਿਆਦਾ। ਤੇ ਕਹਿੰਦੇ ਕਿ ਗੁਰਦੁਆਰੇ ਦੀ ਜਿਹੜੀ ਛੱਤ ਪਈ ਹੈ ਉਦੋਂ ਵੀ ਕੋਈ ਘਟਨਾ ਵਾਪਰੀ ਸੀਗੀ? ਉਹ ਵੀ ਉੱਚਾ ਨਹੀਂ ਨਾ ਕਰ ਸਕਦੇ, ਸਾਡੇ ਇੱਕ ਜਗ੍ਹਾ ਹੈ ਝੰਡੇ ਪੀਰ, ਉਹਨਾਂ ਦਾ ਝੰਡਾ ਉਹਨਾਂ ਤੋਂ ਉੱਚੀ ਅਸੀਂ ਕੋਈ ਬਿਲਡਿੰਗ ਨਹੀਂ ਕਰ ਸਕਦੇ, ਉਹਦੇ ਕਰਕੇ ਪਿੰਡ ਦੇ ਵਿੱਚ ਆ। ਹਾਂਜੀ, ਪਿੰਡ ਦੇ ਵਿੱਚ ਆ। ਕੀ ਹੈ, ਕੀ ਚੀਜ਼ ਹੈ? ਉਹ ਵੀ ਪੀਰਾਂ ਦੀ ਉਹ ਜਗ੍ਹਾ, ਉੱਥੇ ਝੰਡਾ ਹੈ, ਝੰਡਾ ਜਿੰਨਾ ਝੰਡਾ ਉੱਚਾ ਉਨਾ ਹੀ ਅਸੀਂ ਚੀਜ਼ ਬਣਾ ਸਕਦੇ ਹਾਂ, ਉਸ ਤੋਂ ਉੱਚੀ ਕੋਈ ਚੀਜ਼ ਨਹੀਂ, ਸਾਡੇ ਤਾਂ ਹੀ ਚਵਾਰਾ ਨਹੀਂ ਪੈਂਦਾ। ਟਾਵਰ ਵੀ ਲੱਗਿਆ, ਟਾਵਰ ਵੀ ਲੱਗਿਆ ਸੀ, ਟਾਵਰ ਚੱਲ ਹੀ ਨਹੀਂ ਸਕਿਆ। ਹਾਂਜੀ, ਤੇ ਹੁਣ ਵੀ ਉਸੇ ਹਿਸਾਬ ਨਾਲ ਲੋਕੀ ਚੱਲ ਰਹੇ ਨੇ ਵੀ ਜਿਵੇਂ ਜੇ ਸਾਡਾ ਝੰਡਾ ਸਾਹਿਬ ਉੱਚਾ ਤਾਂ ਅਸੀਂ ਸਾਰੀ ਚੀਜ਼ ਹੋਊਗੀ ਉੱਚੀ, ਨਹੀਂ ਨਹੀਂ ਹੋਵੇਗੀ। ਪਾਣੀ ਵਾਟਰ ਬਕਸ ਚੱਲਦਾ ਸੀ, ਵਾਟਰ ਬਕਸ ਚੱਲਿਆ ਨਹੀਂ ਹੈਗਾ, ਜਦੋਂ ਉੱਥੇ ਝੰਡਾ ਲੱਗ ਗਿਆ ਉਦੋਂ ਵਾਟਰ ਬਕਸ ਸਟਾਰਟ ਹੋਇਆ ਸਾਡਾ। ਹੋਰ ਵੀ ਪਿੰਡ ਵਾਸੀ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ। ਵੀਰੇ, ਕਦੋਂ ਤੋਂ ਇਹ ਮਾਨਤਾ ਮੰਨੀ ਜਾ ਰਹੀ ਹੈ, ਕਦੋਂ ਤੋਂ ਜਿਹੜੀ ਹੈ ਪੰਜ ਚੱਚੇ ਹੈ ਜਾਂ ਕਹਿੰਦੇ ਜਿਹੜੀ ਚੀਜ਼ਾਂ ਨਹੀਂ ਮੰਨੀ ਜਾ ਰਹੀਆਂ ਕਰਦੇ, ਕਦੋਂ ਤੋਂ ਚੱਲ ਰਿਹਾ ਹੈ? ਸਰ, ਤਕਰੀਬਨ 100 ਸਾਲ ਤੋਂ ਉੱਪਰ ਹੀ ਹੋ ਗਿਆ ਜੀ। ਜੀ, ਕੀ ਮਾਨਤਾ ਕੀ ਹੈ ਇਹ, ਕੀ ਚੀਜ਼ਾਂ ਜਿਹੜੀਆਂ ਪਿੰਡ? ਮਾਨਤਾ ਜੀ, ਕੁਝ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਪੀਰਾਂ ਨੇ ਵਾਕ ਕੀਤੇ ਸੀ ਜੀ। ਕੀ
ਜਾਣੀ ਕਿ ਸਾਡੇ ਪਿੰਡ ਦੇ ਵਿੱਚ ਪਹਿਲਾਂ ਚੱਕੀ ਲੱਗੀ ਹੋਈ ਸੀਗੀ, ਪਹਿਲਾਂ ਜਾਨਵਰਾਂ ਦੇ ਨਾਲ ਆਟਾ ਪੀਂਦੇ ਸੀ ਘੇਰਾ ਘਤਾ ਕੇ ਜੀ, ਗੋਲ ਚੱਕਰ ਕਰਕੇ ਉਹਨਾਂ ਨੂੰ ਤਿੰਨੇ ਪੈਰ ਉਹਨਾਂ ਨੇ ਜੋੜੀ ਰੱਖਿਆ, ਜਿਨ੍ਹਾਂ ਕਰਕੇ ਉਹਨਾਂ ਦੀ ਤਕਰੀਬਨ ਹਾਲਤ ਕਾਫੀ ਮੰਦੀ ਹੋਈ ਪਈ ਸੀ ਜੀ, ਅਤੇ ਉਹ ਕਹਿੰਦੇ ਵੀ ਇਹਨਾਂ ਦਾ ਇੰਨਾ ਮਾੜਾ ਹਾਲ ਕਰਦੇ ਆ ਤੁਸੀਂ ਵੀ ਇਹਨਾਂ ਨੂੰ ਨਾ ਪਾਣੀ ਨਾ ਕੁਛ ਖਾਣ ਨੂੰ, 24 ਘੰਟੇ ਇਹਨਾਂ ਨੂੰ ਘੁਮਾਈ ਜਾਂਦੇ ਤੁਸੀਂ ਜੀ, ਇਹ ਤੁਹਾਡੇ ਲਈ ਗਲਤ ਆ ਜੀ। ਉਹ ਸੀਗੇ ਅੱਗੋਂ ਕਹਿੰਦੇ ਵੀ ਸਾਡੇ ਜਾਨਵਰ ਜੋ ਮਰਜ਼ੀ ਕਰੀਏ, ਜੋ ਮਰਜ਼ੀ ਕਰੀਏ, ਭੁੱਖੇ ਰੱਖੀਏ ਭਾਵੇਂ ਜਿਵੇਂ ਮਰਜ਼ੀ ਕਰੀਏ ਇਹਨਾਂ ਨਾਲ ਜੀ। ਉਹ ਕਹਿੰਦੇ ਵੀ ਜੇ ਤੁਸੀਂ ਇਵੇਂ ਕਰਦੇ ਫਿਰ ਇਸ ਪਿੰਡ 'ਤੇ ਅੱਜ ਤੋਂ ਬਾਅਦ ਚੱਕੀ ਨਾ ਲੱਗੂਗੀ ਜੀ। ਅਤੇ ਚੁਬਾਰਿਆਂ ਦੀ ਗੱਲ ਕੀ ਹੈ? ਚੁਬਾਰੇ ਵੀ ਪਹਿਲਾਂ ਇੱਥੇ ਕਿਸੇ ਵੱਡੇ ਬੰਦੇ ਦਾ ਸੀਗਾ ਚੁਬਾਰਾ, ਠੀਕ ਹੈ, ਜਾਣੀ ਕਿ ਉਹ ਬੰਦੇ ਕਾਫੀ ਅਹੰਕਾਰੀ ਸੀਗੇ ਆਪਸੇ ਆਪ 'ਚ। ਉਹ ਜਦੋਂ ਵੀ ਗਰੀਬ ਘਰ ਦੇ ਘਰ ਨਿੱਕੇ ਨਿੱਕੇ ਹੁੰਦੇ, ਪਹਿਲਾਂ ਕੋਈ ਇੰਨਾ ਜ਼ਿਆਦਾ ਵਧੀਆ ਸੁਵਿਧਾਵਾਂ ਨਹੀਂ ਸੀ ਹੈਗੀਆਂ, ਜਿਨ੍ਹਾਂ ਕਰਕੇ ਉਹ ਉੱਪਰ ਚੜ੍ਹ ਜਾਂਦੇ ਸੀ ਸ਼ਾਮ ਨੂੰ, ਦਾਰੂ ਪੀ ਕੇ ਅਤੇ ਮਾੜੇ ਬੋਲ ਬੋਲਦੇ ਸੀ, ਠੀਕ ਹੈ, ਮਾੜੇ ਘਰ ਨੂੰ ਜਾਂ ਬੁੜੀਆਂ ਨੂੰ ਇੱਦਾਂ ਕਹਿ ਕੇ। ਉਹਨਾਂ ਨੇ ਉਸ ਟਾਈਮ ਕਿਹਾ ਸੀ ਵੀ ਇਹ ਪਿੰਡ ਦੇ ਵਿੱਚ ਵਾਰਨਾ ਪਊਗਾ, ਪਰ ਉਹਨਾਂ ਨੇ ਵੀ ਹਟਾਤਾ ਸੀ। ਤਕਰੀਬਨ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਿਹਾ ਪਿੰਡ 'ਚ ਜਿਨ੍ਹਾਂ ਦਾ ਚੁਬਾਰਾ ਸੀ, ਜਿਨ੍ਹਾਂ ਦਾ ਚੁਬਾਰਾ ਸੀ। ਹਾਂਜੀ, ਜਿਹੜੀ ਹੈ ਚੱਕਰ ਲਗਾਉਣ ਦੀ ਜਿਹੜੀ ਇਹ 'ਚ ਕੀ ਚੀਜ਼ ਹੈ? ਚੱਕਰ ਦਾ ਜੀ ਇਹ ਸ਼ੁਰੂ ਤੋਂ ਹੀ ਆ ਵੀ ਸਾਡੇ ਪਿੰਡ ਦੇ ਵਿੱਚ ਚੱਕਰ ਕੱਢ ਨਹੀਂ ਸਕਦਾ ਕੋਈ ਵੀ, ਜਾਣੀ ਕਿ ਆਪਣੇ ਆਪ ਦੇ ਵਿੱਚ ਕਹਿ ਕੇ ਵੀ ਮੈਂ ਕੱਢ ਦੂੰਗਾ ਜੀ, ਜੇ ਕੋਈ ਕੱਢਦਾ ਫਿਰ ਕੋਈ ਉਹਨਾਂ ਨਾਲ ਅਣਸਖਾਵੀਂ ਘਟਨਾ ਵਾਪਰ ਜਾਂਦੀ ਹੈ, ਘਟਨਾ ਵਾਪਰ ਜਾਂਦੀ। ਹਾਂ, ਜਿਵੇਂ ਕੋਈ ਐਕਸੀਡੈਂਟ ਹੋ ਗਿਆ, ਉਹ ਸਾਡੀ ਸੁਰਤ ਦੇ ਵਿੱਚ ਇੱਕ ਹੋ ਗਿਆ ਸੀ ਚੱਕਰ ਇੱਦਾਂ ਹੀ ਜੀ, ਬਰਾਤ ਆਈ ਸੀ ਉਹਨਾਂ ਨੇ ਧਾ ਕੇ ਕਿਹਾ ਸੀਗਾ ਵੀ ਅਸੀਂ ਤੁਹਾਡੇ ਪਿੰਡ 'ਚ ਚੱਕਰ ਕੱਢਦੇ ਹਾਂ, ਵੇਖੋ ਸਾਡੇ ਨਾਲ ਕੀ ਹੁੰਦਾ ਜੀ। ਉਹਨਾਂ ਦਾ ਰੇਲ ਹਾਦਸਾ ਉਹ ਫਾਟਕਾਂ ਦੇ ਉੱਤੇ ਹੋ ਗਿਆ ਸੀ ਜੀ, ਜੀ ਉਹਨਾਂ ਦੀ ਜੈਪਸੀ ਗੱਡੀ ਵੱਜ ਗਈ ਸੀ ਰੇਲ ਗੱਡੀ 'ਚ, ਜਿਹੜੀ ਗੱਡੀ 'ਤੇ ਉਹਨਾਂ ਨੇ ਗੇੜਾ ਕੱਢਿਆ ਸੀ। ਇੱਥੇ ਹੋਰ ਵੀ ਸੇਵਾਦਾਰ ਹੈ ਪਿੰਡ ਦੇ ਵਿੱਚ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਕਾਰਨਾਂ ਕਰਕੇ ਜਿਹੜੀ ਕਿ ਇਹ ਮਾਨਤਾ ਜਿਹੜੀ ਚੱਲੀ ਆ ਰਹੀ ਹੈ। ਬਾਬਾ ਜੀ ਪਹਿਲਾਂ ਤਾਂ ਜਗਬਾਣੀ ਦਾ ਤੁਹਾਡਾ ਸਵਾਗਤ ਹੈ ਜੀ। ਮਹਾਰਾਜ ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਕਿਹੜੀ ਜਿਹੜੀ ਮਾਨਤਾ ਇਹ ਚੱਲੀ ਆ ਰਹੀ ਹੈ, ਕਦੋਂ ਤੋਂ ਇਹ ਮੰਨਿਆ ਜਾ ਰਿਹਾ ਜੀ? ਇਹ ਤਾਂ ਜੀ ਸਾਡੀਆਂ ਸੁਰਤਾਂ ਤੋਂ ਪਹਿਲਾਂ ਦੇ ਆ, ਬੜੇ ਸਾਡੇ ਸਾਰੇ ਦਾਦੇ ਪੜਦਾਦੇ ਵੀ ਇਹਨਾਂ ਨੂੰ ਮੰਨਦੇ ਆ ਰਹੇ। ਕੀ ਚੀਜ਼ਾਂ ਜਿਹੜੀਆਂ ਮਸ਼ਹੂਰ ਹੈ ਇੱਥੇ? ਮਸ਼ਹੂਰ ਤਾਂ ਦੇਖੋ ਜੀ ਸਾਡੇ ਚੁਬਾਰਾ ਨਹੀਂ ਪੈਂਦਾ। ਚੁਬਾਰਾ ਕਾਹਦੇ ਵਾਸਤੇ ਨਹੀਂ ਪੈਂਦਾ? ਦੇਖੋ ਜੀ ਜਦੋਂ ਭਲੇ ਸਮੇਂ ਸੀਗੇ ਮੰਜਾ ਖੜਾ ਕਰਕੇ ਨਹਾਤਾ ਜਾਂਦਾ ਸੀਗਾ, ਫੱਕਰਾਂ ਦਾ ਕਹਿਣਾ ਸੀ ਕਿ ਬੰਦੇ ਆਮ ਤਾਂ ਚੜ੍ਹ ਜਾਂਦੇ ਜੀ, ਅਤੇ ਇਸ ਕਰਕੇ ਚੁਬਾਰਾ ਬੰਦ ਕੀਤਾ। ਅਤੇ ਚੋਰੀ ਜਿਹੜੀ ਚੋਰੀ ਵੀ ਕਹਿੰਦੇ ਚੋਰੀ ਵੀ ਨਹੀਂ ਕੋਈ ਕਰ ਸਕਦਾ? ਨਹੀਂ ਸਾਡੇ ਦਿਮਾਗ ਤਾਂ ਨਹੀਂ ਗੀ ਚੋਰੀ ਚਾਰੀ ਕੋਈ ਹੋਈ, ਨਾ ਕੋਈ ਸਾਨੂੰ ਕਦੇ ਦਿਮਾਗ 'ਚ ਆਇਆ ਵੀ ਜੀ, ਕੋਈ ਨਿੱਕੀ ਮੋਟੀ ਹੁੰਦੀ ਹੋਵੇ ਤਾਂ ਕਹਿ ਵੀ ਨਹੀਂ ਸਕਦੇ। ਅਤੇ ਕਹਿੰਦੇ ਕਹਾਵਤ ਹੈ ਕਿ ਜਿਹੜੇ ਚੋਰੀ ਕੀਤੀ ਸੀ ਪੀਰਾਂ ਦੀ ਜਿਹੜੀ ਗਊਆਂ ਕੀਤੀ? ਹਾਂਜੀ ਹਾਂਜੀ, ਉਹ ਆਪ ਹੀ ਵਾਪਸ ਕਰਕੇ ਗਏ, ਆਪ ਪਿੰਡ ਦੀ ਦਲੀਲ ਤਪਦੇ ਸੀ। ਹਾਂਜੀ ਹਾਂਜੀ ਹਾਂਜੀ, ਆਪ ਹੀ ਵਾਪਸ। ਚੱਕੀ ਵਾਲੀ ਜਿਹੜੀ ਗੱਲ ਹੈ, ਕੀ ਗੱਲ? ਚੱਕੀ ਤਾਂ ਦੇਖੋ ਜੀ ਜਿਵੇਂ ਮਹਾਂਪੁਰਸ਼ ਆਪਣਾ ਭਜਨ ਬੰਦਗੀ ਕਰਦੇ ਸੀਗੇ, ਜਿੰਨੀ ਚੱਕੀ ਦੀ ਧੜਕਣ ਦੂਰ ਤੱਕ ਜਾਂਦੀ ਹੈ ਜੀ, ਇਸ ਕਰਕੇ ਉਹਨਾਂ ਨੇ ਚੱਕੀ ਬੰਦ ਕੀਤੀ ਹੋਈ ਸੀ। ਅਤੇ ਹੋਰ ਚੇਚਕ ਦੀ ਬਿਮਾਰੀ ਬਾਰੇ ਜਿਹੜੀ ਗੱਲਾਂ ਹੈ? ਇਹ ਤਾਂ ਦੇਖੋ ਜੀ ਜਦੋਂ ਡਾਲ ਦੀ ਬਿਮਾਰੀ ਭਲੇ ਸਮੇਂ 'ਚ ਪਈ ਹੈ ਜੀ, ਕੋਈ ਸਾਡੇ ਦਾਦਿਆਂ ਦੇ ਸਮੇਂ ਦੀ ਗੱਲ ਆ, ਭਲੇ ਸਮੇਂ 'ਚ ਪਈ ਆ, ਅਤੇ ਜਦੋਂ ਚੇਚਕ ਦੀ ਬਿਮਾਰੀ ਪਈ ਹੈ ਨਾ ਜੀ, ਉਹਨਾਂ ਨੇ ਉਹ ਝੰਡਾ ਉੱਚਾ ਕੀਤਾ ਜੀ, ਜਿੱਥੋਂ ਤੱਕ ਝੰਡਾ ਦਿਖੂਗਾ ਉੱਥੋਂ ਤੱਕ ਉਹ ਬਿਮਾਰੀ ਨਾ ਫੈਲੂਗੀ। ਪਿੰਡ ਚੋਟੀਆਂ ਦੀ ਪੰਜ ਚੀਜ਼ਾਂ ਮਸ਼ਹੂਰ ਆ, ਪੰਜ ਚੱਚੇ, ਕਿਹੜੇ ਕਿਹੜੇ ਪੰਜ ਚੱਚੇ ਬਾਬੇ? ਦੇਖੋ ਜੀ ਚੱਚੇ ਦੇ ਨਾਂ ਤਾਂ ਨਹੀਂ ਮੈਂ ਜਾਣਦਾ, ਸਾਡੇ ਜਾਣੀ ਕਿ ਪਿੰਡ ਦੀਆਂ ਜਗ੍ਹਾ ਦੀਆਂ ਜਿਹੜੀਆਂ ਜਿਹੜੀਆਂ ਸਾਰੀਆਂ ਜਿੱਥੇ ਮਰਜ਼ੀ ਇਹ ਪਾਵਰਫੁੱਲ ਆ ਸਾਡੇ ਸਭ 'ਚ। ਹਾਂਜੀ, ਕਿਹੜੀ ਕਿਹੜੀ ਜਿਹੜੇ ਪੰਜ ਪੀਰ ਵੀ ਕਹਿੰਦੇ ਮੰਨੇ ਗਏ ਇੱਥੋਂ ਦੇ? ਵੇਖੋ ਜੀ ਝੰਡਾ ਪੀਰ ਜੀ, ਘੋੜੇ ਸ਼ਾਹ ਪੀਰ ਜੀ, ਇੱਕ ਖਾਰੀਆਂ ਵਾਲੇ ਪੀਰ ਜਾਣੀ ਕਿ ਉੱਥੇ ਪੀਰਾਂ ਦਾ ਵਾਸ ਆ ਜੀ, ਠੀਕ ਹੈ ਨਾ ਜੀ, ਤੱਕੀ ਸ਼ਾਹ ਪੀਰ, ਠੀਕ ਹੈ ਨਾ, ਅਤੇ ਬਾਬਾ ਨੌਂਗਾ ਜੀ ਆ ਪੀਰ, 11 ਪੀਰ, ਸ਼ੇਰ ਸ਼ਾਹ ਬਲੀ, ਠੀਕ ਹੈ ਨੀ। ਜਿਹੜੀ ਇਹ ਮਾਨਤਾ ਕਦੋਂ ਤੋਂ ਮੰਨੀਆਂ ਜਾ ਰਹੀਆਂ ਜਿਹੜੀਆਂ? ਦੇਖੋ ਜੀ ਜਿਹੜੀ ਸਾਡੇ ਸਾਹਮਣੇ ਤਾਂ ਦੋ ਜਗ੍ਹਾ ਨਿਕਲੀਆਂ ਮਿਲ ਕੇ ਇੱਧਰਲੇ ਪਾਸੇ ਨਿਕਲੀਆਂ, ਜਾਣੀ ਕਿ ਬਾਕੀ ਪਹਿਲਾਂ ਦੀਆਂ ਜੀ। ਇਹ ਕਦੋਂ ਤੋਂ ਮੰਨਦੇ ਲੋਕ, ਕਦੋਂ ਤੋਂ ਇਹ ਅੰਧ ਵਿਸ਼ਵਾਸ ਕਹਿ ਸਕਦੇ ਹਾਂ ਜਾਂ ਸ਼ਰਧਾ ਕਹਿ ਸਕਦੇ ਹਾਂ ਜੀ? ਦੇਖੋ ਜੀ ਜੇ ਪ੍ਰੈਕਟੀਕਲ ਅਗਲਾ ਕਹਿੰਦਾ ਅੰਧ ਵਿਸ਼ਵਾਸ, ਪਰ ਸਾਡੀ ਸ਼ਰਧਾ ਜੀ, ਕੋਈ ਮੰਨਣ ਨੂੰ ਕਹੀ ਜਾਵੇ ਵੀ ਅੰਧ ਵਿਸ਼ਵਾਸ ਆ, ਸਾਡਾ ਕੋਈ ਅੰਧ ਵਿਸ਼ਵਾਸ ਨਹੀਂ, ਸਾਡਾ ਜਿਹੜਾ ਅਸੀਂ ਦਿਮਾਗੀ ਸੋਚਦੇ ਹਾਂ ਸਾਡਾ ਹੁੰਦਾ ਜੀ। ਜੇ ਕੋਈ ਚੁਬਾਰਾ ਪਾਉਂਦਾ ਫਿਰ ਕੀ ਹੁੰਦਾ ਜੀ? ਦੇਖੋ ਜੀ ਉਹਦੇ ਵਿੱਚ ਕਈ ਗੱਲਾਂ ਹੁੰਦੀਆਂ ਜੀ, ਕਈ ਚੁਬਾਰੇ ਵਾਲੇ ਨੂੰ ਜਦ ਨਾ ਤਾਂ ਪਿਆ ਹੀ ਆ ਸਾਡੇ, ਸਾਡੇ ਤਾਂ ਪਿਆ ਨੀਗਾ, ਜਿਹੜੀ ਜਿਹੜੀ ਮੋਮਟੀਆਂ ਵਗੈਰਾ ਜਿਹੜੀ ਉਹ ਪਾਣੀ ਮੋਮਟੀ ਜਿਹੜੀ ਬਣਾਉਂਦੇ ਆ ਨਾ ਜੀ, ਉਹ ਸਾਨੂੰ ਪੌੜੀ ਵਾਲਾ ਹਿਸਾਬ ਕਿਤਾਬ ਜਿਵੇਂ ਛੱਤ ਲੈਂਦੇ ਤਾਰ, ਜੇ ਕੋਈ ਵੱਧ ਇੱਕ ਮਿਸਤਰੀ ਸੀਗਾ ਜਿਹਨੇ ਜਾਣੀ ਕਿ ਜਾਤ ਕਿਸੇ ਨੂੰ ਦੱਸਤੀ ਵੀ ਐਂ ਬਣਾ ਲਓ, ਉਹ ਮਿਸਤਰੀ ਦਾ ਜਾਣੀ ਕਿ ਬਾਬਾ ਜੀ ਦੇ ਕੋਲ ਹੀ ਕੋਠੀ ਬਣਾ ਰਿਹਾ ਸੀਗਾ, ਉੱਥੋਂ ਡਿੱਗ ਕੇ ਨਾ ਸਭ ਨਾਲ ਮੌਤ ਹੀ ਹੋ ਗਈ ਜਾਂ ਬੈਠਾ ਰਿਹਾ ਥੋੜ੍ਹਾ ਚਿਰ। ਜਿਹੜੇ ਵੀ ਹੁਣ ਬਣੀਆਂ ਵੀ ਹੈ ਟੈਂਕੀਆਂ ਦੇ ਉੱਪਰ ਰੱਖੀ ਜਾਣੇ, ਮਤਲਬ ਮੰਜਾ ਨਹੀਂ ਕੋਈ ਕੱਢਣ? ਨਹੀਂ ਨਹੀਂ ਮੰਜਾ ਨਹੀਂ ਡਾਂਦਾ, ਸੌਣ ਵਾਲਾ ਕੰਮ ਨਹੀਂ ਜੀ, ਸੌ ਨਹੀਂ ਸਕਦਾ ਤਾਂ ਚੜ੍ਹ ਕੇ। ਅਤੇ ਕਹਿੰਦੇ ਗੁਰਦੁਆਰੇ ਦੇ ਵੀ ਕੋਈ ਜਿਹੜੇ ਗੁੰਮਦ ਸਾਹਿਬ ਬਣੇ ਸੀਗੇ ਉਦੋਂ ਵੀ ਕੋਈ ਦਿੱਕਤ ਆਈ? ਇਹ ਉਦੋਂ ਹੀ ਦੀ ਗੱਲ ਦੱਸਦਾ, ਉਦੋਂ ਝੰਡਾ ਉੱਚਾ ਕਰਕੇ ਗਏ ਨਾ, ਠੀਕ ਹੈ, ਸਾਡੇ ਤਾਂ ਡਬਲ
दूजी तीजी मंजिल बना दी झंडा साहब नीचे हो गए नीवा हो गया ती फिर साढ़े मौत हो पियाँ जी जानी जवान जवान मौत हुई कई सेवादार गुजर मर गए बड़ा तगड़ा एक्सीडेंट होया मोगे को जी किसी की बरात जाती साढ़े पिंड की ठीक है दो तीन का बिचो मरी गए से बाकी जख्मी वगैरह हो गए उदू बाद महापुरश बोरे वाले संत महापुरश आए थे तो उन्होंने झंडा उच्चा कराया कहते कोई चक्कर भी नहीं लगा सकता नहीं जी ला सकता किस तरह मतलब ये कहावत ही आई है पहला तो जाने कि साडा तो कहता भी चक्कर नहीं ला सकता असं भी गांव तो आपके दादे पड़दादे तो सुनते भी अपने पिंड का कोई चक्कर नहीं ला सकता ता के चक्कर नहीं ला सकता ठीक है जो लाता तो फिर लादा तो साढ़े तो हम जी सामने गल हुई है भी साढ़े पिंड बरात आई सी हो गए होने दस पंद्रह साल की गल होगी भी साल की गल होगी इन्ना चिर हो गया होना उन्होंने जाने के हम मेरे अर्गा जाने के पैग शग ला के कह दिता बाबा की लत तोड़ दू तो आज सामने रेलवे लाइन आज इतने आके उन्होंने एक्सीडेंट उन्होंने पता नहीं लगा गड्डी टाइम आ गई अच्छा जी हाँ जी इतने आके एक्सीडेंट हो गया उस बाद मन के गए भी नहीं ला सकता एक घर के पहुंचे जिसे चुबारा पिया वै तो उन्होंने गलबात करते हैं कि वो पिंड वाले का तो कहना कि चुबारा नहीं पैंता तो इतने चुबारा कैसे पिया भाई जी इतने चुबारा पिंड वाले का कहना कि चुबारा नहीं पिया वा पर तुहाडे पिंड दे घर दे उपर चुबारा देखो जी ये देखने वाले नूं बाहर तो चुबारा लगता है लेकिन साढ़े अंदर पौड़ियां ही छत्तियां हुई हैं पौड़ियां के थले देखा जाए तो आप दिखा भी सकते हैं कि वह छत एक ही है पौड़ियां का वो थान साडा पूरा छड्या होया है उसके उपर छत एक ही है ये एको छत है एको मतलब बड़ी कली पौड़ियां छत्तियां भी तुहाडे कहने दा मतलब नहीं आप दिखा सकते हैं ठीक है हाँ जी तो होर जी जो पिंड दा जी फेरी नहीं कर सकते या चक्कर नहीं लगा सकते या फिर चोरी नहीं होंदी है कीड़ी कीड़ी चोरी दा तो नहीं है तो चक्कर नहीं है चक्कर नहीं लगता है मुढ़ रीति रिवाज चलता आ रहा दादे पड़दादियां तो भी ठीक है पीरां दा कोई है वाक भी नहीं चक्कर लगते तो नहीं लगते है इहदे च जे कोई अपने जद्दबाजी नाल लाउंदा है तो फिर की नुकसान हुंदा या की बाकी इदा तो खेड दे बच्चे साढ़े सौ सौ चक्कर ला देंगे वो खेड दे तुरे फिर दे ला देंगे ठीक है हाँ जी जो मिथ के लादा तो फिर मिथ के नहीं ला ठीक है जिमें आप भी हंकार चाके कही हंकार चाके जी चक्की नहीं ल बनी हुई पिंड फिर आटा वगैरह कितों किस तरह पे आटा साढ़े लागे के गुआढ़ पिंड पिंड हाँ पिंड चक्की कोई भी नहीं पिंड चक्की कोई सुन ला के देखिया लाइया लोगों ने पहला पर उन्होंने कोई बेनीफिट नहीं मिले ठीक है नुकसान हुए है घाटे पे आ माली घाटे पे आ तो बंद कर दिए पिंड टावर भी बने मेरा टावर उच्चा बहुत टावर नहीं चलता जी चलता नहीं नहीं चलता वो खड़ा है वो ज्यों लगा अज तो भी पच्ची साल पहला दा लगा वो नहीं चलता ठीक है तो गुरुद्वारा भी बनया तो कहते गुरुद्वारे जो गुम्मत साहब बन रहे थे उदो भी कोई हादसा वापरिया कहते उदों मैं तो फौज के बहर स तो बनया जो उदो हादसे यानी नुकसान होने लग पे थे तो उदो फिर इन्होंने किया पिंड वासियों ने जोड़ा अपना इतने झंडा पीर तो झंडा लगा हुआ उन्होंने उपर चकता ठीक है हाँ जी किसी ने भी किसी ने दसिया भी इन उपर चक दो तो उन्होंने उपर चकता मतलब जी भी कोई चीज़ इतने झंडे तो उस जो पीर की जो झंडा जी बने हुए उस तो थले ही है थले ही है मतलब उस उपर कोई भी चीज उपर कोई नहीं तो तुम कदों तो ये चीज़ा मन रहे हो ਇਹ ਤਾਂ ਜੀ ਦੇਖੋ ਸਾਡੇ ਦਾਦੇ ਪੜਦਾਦੇ ਇਸੇ ਪਿੰਡ ਦੇ ਵਾਸੀ ਸੀਗੇ ਠੀਕ ਹੈ ਜਾਣੀ ਕਿ 47 ਤੋਂ ਪਹਿਲਾਂ ਵੀ ਇਸੇ ਪਿੰਡ ਦੇ ਹੀ ਵਾਸੀ ਸੀਗੇ ਉਹ ਤੇ ਉਹਨਾਂ ਦੀ ਉਦੋਂ ਤੋਂ ਹੀ ਚੱਲਦਾ ਆ ਰਿਹਾ ਇਹ ਅੰਧ ਵਿਸ਼ਵਾਸ ਵੀ ਕਹਿ ਸਕਦੇ ਹਾਂ ਕਿ ਮਤਲਬ ਮਨ ਸ਼ਰਧਾ ਜਾਂ ਕਹਿ ਸਕਦੇ ਆਪਾਂ ਕਿਸੇ ਚੀਜ਼ ਨੂੰ ਅਜਮਾ ਲਈਏ ਤਾਂ ਉਹ ਅੰਧ ਵਿਸ਼ਵਾਸ ਨਹੀਂ ਠੀਕ ਹੈ ਜੇ ਆਪਾਂ ਉਦਾਂ ਤੁਰੇ ਫਿਰੇ ਕਰਕੇ ਵੇਖੋ ਇੱਕ ਤਾਂ ਉਹ ਅੰਧ ਵਿਸ਼ਵਾਸ ਕਦੀ ਕੋਸ਼ਿਸ਼ ਕੀਤੀ ਹੈ ਚਵਾਰਾ ਪਾਉਣ ਦੀ ਕਿਸੇ ਨੇ ਜਾਂ ਕਿਸੇ देखो चवारा पाँव जो आप गुरद्वरे के मूवमेंट तो ही देख सकते हैं भी नुकसान हो रहे हैं ठीक है फिर अगर जानी माली नुकसान ही हो रहा उदू हाँ जी जी पिंड कहावत कहते कि जी बरात जी पिंड का गेड़ा करवाई है तो गेड़ा वगैरह नहीं क्योंकि कहावत किस तरह यह चीज़ा जी ये भी जी हम साढ़े शुरू तो ही दादे पड़दादियों तो चलती आ रही है जिमें छह सी तो उमें ही अगे दी अगे तो जिन्होंने हुण कीता उन्होंने नुकसान नहीं कोई ਆਪਾਂ ਹੁਣ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਵਾਸੀਆਂ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਕਿ ਪਿੰਡ ਚੋਟੀਆਂ ਦੇ ਵਿੱਚ ਚੁਬਾਰਾ ਕਿਉਂ ਨਹੀਂ ਪੈਂਦਾ ਅਤੇ ਹੋਰ ਪੰਜ ਚੱਚਿਆਂ ਦੇ ਉੱਪਰ ਉਹਨਾਂ ਵੱਲੋਂ ਵਿਚਾਰ ਵਿਮਰਸ਼ ਦਿੱਤੇ ਗਏ ਹਨ ਅਤੇ ਸਾਡੇ ਨਾਲ ਹੁਣ ਮੌਜੂਦ ਹੈ ਪਿੰਡ ਦੇ ਸਰਪੰਚ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਸਰਪੰਚ ਸਾਹਿਬ ਜਗਬਣ ਤੇ ਪਹਿਲਾਂ ਤੁਹਾਡਾ ਸਵਾਗਤ ਹੈ ਹਾਂਜੀ ਤੁਹਾਡਾ ਵੀ ਸਾਡੇ ਨਗਰਕਨੀਓ ਵੀ ਤੁਹਾਡਾ ਸਾਡੇ ਪਿੰਡ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੀ ਇਹ ਮਾਨਤਾ ਚੱਲੀ ਆ ਰਹੀ ਹੈ ਕਿ ਜੀ ਪਿੰਡ ਦੇ ਚਵਾਰਾ ਨਹੀਂ ਪੈਂਦਾ ਪਿੰਡ ਦਾ ਕੋਈ ਚੱਕਰ ਨਹੀਂ ਲਗਾ ਸਕਦਾ ਚੱਕੀ ਨਹੀਂ ਲੱਗਦੀ ਕਿਸ ਤਰ੍ਹਾਂ ਦੀ ਇਹ ਮਾਨਤਾ ਕਦੋਂ ਤੋਂ ਚੱਲੀ ਆ ਰਹੀ ਹੈ ਇਹ ਜੀ ਕਾਫੀ ਪੁਰਾਣੀ ਟਾਈਮ ਆ ਜੀ ਵੀ ਸਾਡੇ ਬਜ਼ੁਰਗਾਂ ਦੇ ਸਾਡੇ ਦਾਦੇ
वगैरह दसते होंगे सीगे जी। ये काफ़ी लंबे समय तो हाँ भी जो तो पिंड बजया से उदों इतने भी पीर जी घर काफ़ी जी जी उदों की चली आ रही है जी ये परंपरा जी। तो की मानता की मानता है पांच चाचे जो मशहूर है। हाँ जी पांच चाचे जी एक तो चुबारा नहीं पैंदा गा जी, दूजा भी एक पिंड का नहीं गा भी आप चक्कर कढ़ सकते जी। चक्कर किस तरह चक्कर कैसे नहीं कढ़ सकते भी चक्कर जी आप भी शर्त लगा के जां किसी ना जैदबाजी जी आप कही भी पिंड दियाँ मैं फिरनी तो चार छपेरे भी चक्कर पूरा ला दूंगा भी दस दे वह भी नहीं ला सकते जे कोई लाऊगा जैद करके तो भी वह कोई ना कोई नुकसान हो जाता है। कोई हादसा वगैरह वापरता फिर उस तरह। हाँ जी हादसा भी उही है भी अज तक तो वैसे तो असी देखा नहीं गा जी भी बजुर्ग पहला दसते होंगे भी पहला किसी ने भी उं भी शर्त ला के भी जैद के भी पिंड वाल की कोशिश की तो भी उन्होंने बाद च कोई ना कोई हादसा होया ही है जी। तो हो चक्की जी चक्की हाँ जी चक्की भी नहीं लग रही जी भी सुन चाया जी काफ़ी मेरी निगाह दे विच तीन चार चक्कियां तो देखिया जी भी लाइया पर कामयाब नहीं हो गए जी आख आखिर उन्होंने बंद ही कर दया पी चेचक की बीमारी। हाँ जी चेचक की बीमारी का भी है जी दसते सके भी और चेचक की बीमारी तो भी है जी। तो किस तरह जी जी चीज़ है किस तरह मशहूर हुई किस तरह पिंड वासी जी चीज़ को मानता मानन आ रहे हैं कदों से चल रहा है सारा कुछ। ਇਹ ਨਾ ਜੀ ਕਾਫੀ ਪੁਰਾਣੇ ਲੰਮੇ ਸਮੇਂ ਤੋਂ ਚੱਲ ਰਿਹਾ ਜੀ ਸਾਡੇ ਤੋਂ ਦੱਸਿਆ ਬਜ਼ੁਰਗਾਂ ਮੌਕੇ ਦਾ ਦਾਦੇ ਪੜਦਾਦੇ ਮੌਕੇ ਦਾ ਜੀ ਵੀ ਉਦੋਂ ਦੀ ਮੰਨਤਾ ਚੱਲ ਰਹੀ ਹੈ ਜੀ ਵੀ ਸਾਡੇ ਪਿੰਡ ਪੰਜ ਜਗ੍ਹਾ ਜੀ ਪੰਜ ਪੀਰੇ ਪੰਜੇ ਭਰਾ ਸੀਗੇ ਜੀ ਉਹਨਾਂ ਦੀਆਂ ਡੋਡੀ ਪਿੰਡ ਦੇ ਵਿੱਚ ਕੁਛ ਬਾਹਰ ਦਾਰਾਪੁਰ ਵਾਲੀ ਰਾਹ 'ਤੇ ਜਗ੍ਹਾ ਜੀ ਪਿੰਡ ਦੇ ਵਿੱਚ ਆ ਜੀ ਵੀ ਉਦੋਂ ਤੋਂ ਹੀ ਤਕਰੀਬਨ ਵੀ ਸਾਡਾ ਵੀ ਨਗਰ ਖੇੜਾ ਵੀ ਸਾਰਾ ਹੀ ਮੰਨ ਰਿਹਾ ਜੀ ਇਹਨਾਂ ਨੂੰ ਹਰੇਕ ਵੀਰਵਾਰ ਮੱਥਾ ਟੇਕਣ ਆਉਂਦੇ ਆ ਫਿਰ ਸਾਲ ਬਾਅਦ ਵੀ ਇਹਨਾਂ ਦਾ ਵੀ ਦਿਨ 'ਤੇ ਮੇਲਾ ਵੀ ਲਗ ਲੰਗਰ ਵੀ ਲਾਇਆ ਜਾਂਦਾ ਮੇਲਾ ਵੀ ਮਨਾਇਆ ਜਾਂਦਾ ਜੀ। ਅਤੇ ਸੁਣਨ ਦੇ ਵਿੱਚ ਵੀ ਆਇਆ ਗੁਰਦੁਆਰੇ ਦਾ ਜਦੋਂ ਛੱਤ ਪਈ ਹੈ ਜੋ ਉਦੋਂ ਵੀ ਕੋਈ ਘਟਨਾ ਘਟੀ ਸੀ ਕੀ ਘਟਨਾ ਸੀ ਉਹ। ਹਾਂਜੀ ਉਦੋਂ ਵੀ ਜੀ ਗੁਰਦੁਆਰਾ ਸਾਹਿਬ ਦੇ ਉੱਪਰ ਵੀ ਚੁਬਾਰੇ ਪਾਤੇ ਸੀ ਉੱਪਰ ਹੀ ਤਿੰਨ ਅਤੇ ਗੌਰਮੈਂਟ ਸਾਹਿਬ ਬਣਾਤਾ ਸੀ ਉੱਪਰ ਅਤੇ ਵੀ ਉਦੋਂ ਸਾਡੇ ਪਿੰਡ ਵੀ ਕਾਫੀ ਵੀ ਚਾਰ ਪੰਜ ਮੌਤਾਂ ਵੀ ਜਿਵੇਂ ਆਪਾਂ ਕਹਿ ਦਈਏ ਵੀ ਜੰਗ ਏਜ ਦੀਆਂ ਹੋਈਆਂ ਸੀਗੀਆਂ ਜੀ ਅਤੇ ਉਦੋਂ ਬਾਅਦ ਦੇ ਵਿੱਚ ਫਿਰ ਪੁੱਛ ਦੱਸ ਕੇ ਕਿਸੇ ਸੰਤਾਂ ਤੋਂ ਵੀ ਉਹਨਾਂ ਨੇ ਕਿਹਾ ਸੀ ਵੀ ਝੰਡਾ ਉੱਚਾ ਕਰ ਦਿਉ ਜੀ ਸਾਡੇ ਆ ਵਿਆ ਇੱਧਰ ਨਾਲ ਹੀ ਜਗ੍ਹਾ ਜੀ ਧਰਮਸ਼ਾਲਾ ਦੇ ਵਿੱਚ ਆ ਜੀ ਪੀਰਾਂ ਦੀ ਉੱਥੇ ਝੰਡਾ ਚੜ੍ਹਾਇਆ ਵਿਆ ਜੀ ਵੀ ਉਹ ਝੰਡੇ ਤੋਂ ਕੋਈ ਵੀ ਚੀਜ਼ ਉੱਚੀ ਨਹੀਂ ਜਾ ਸਕਦੀ ਗੀ। ਅਤੇ ਹੋਰ ਪਿੰਡ ਦੇ ਵਿੱਚ ਕੀ ਹੈਗਾ ਜਿਹੜੇ ਕੀ ਮੰਨਦਾ ਕੀ ਮੇਨ ਕੀ ਚੱਲਦਾ ਜਿਹੜੇ ਲੋਕ ਜਿਹੜੀ ਇਸ ਤਰ੍ਹਾਂ ਦੇ ਚੱਲਦੇ ਆ ਪੁਰਾਣੇ ਬਜ਼ੁਰਗ ਕੀ ਕਹਿੰਦੇ ਸੀਗੇ। ਬਸ ਜੀ ਬਜ਼ੁਰਗ ਇਹੀ ਕਹਿੰਦੇ ਸੀ ਵੀ ਇੱਕ ਤਾਂ ਵੀ ਚੋਰੀ ਵੀ ਨਹੀਂ ਹੋ ਸਕਦੀ ਗੀ ਜੀ ਸਾਡੇ ਪਿੰਡ। ਅੱਛਾ ਜੀ ਤਕਰੀਬਨ ਵੀ ਚੋਰੀ ਵੱਲੋਂ ਵੀ ਕੋਈ ਹੋਈ ਨਹੀਂ ਇੱਕ ਦੋ ਚਾਂਸ ਹੋਏ ਸੀਗੇ ਜੀ ਪਰ ਪੀਰਾਂ ਦੇ ਬਾਗ ਸੀਗੇ ਜੀ ਉਦੋਂ ਵੀ ਕੋਈ ਚੋਰੀ ਵੀ ਨਹੀਂ ਹੋ ਸਕਦੀ ਜੀ ਜੇ ਕੋਈ ਚੋਰੀ ਕਰੂਗਾ ਪਿੰਡ ਦਾ ਪਿੰਡ 'ਚ ਹੀ ਕਰੂ ਪਿੰਡ ਦੀ ਜੂਹ 'ਚੋਂ ਬਾਹਰ ਨਹੀਂ ਲਿਆ ਜਾ ਸਕਦਾ ਜੀ ਚੋਰੀ ਕਰਕੇ। ਇਹ ਸੀ ਸਰਪੰਚ ਸਾਹਿਬ ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਜਿਹੜੇ ਕਿ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਮੰਨਦੇ ਹੋਏ ਹੀ ਜਿਹੜੀ ਇਹ ਸ਼ਰਧਾ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਹੈ ਕਿ ਜਿਹੜੇ ਪੰਜ ਚਾਚਿਆਂ ਨੂੰ ਮੰਨ ਰਹੇ ਆ ਨਾ ਹੀ ਉਹਨਾਂ ਵੱਲੋਂ ਪਿੰਡ ਦਾ ਚੱਕਰ ਲਗਾਇਆ ਜਾਂਦਾ ਨਾ ਹੀ ਪਿੰਡ ਦੇ ਵਿੱਚ ਚੱਕੀ ਲੱਗਦੀ ਹੈ ਅਤੇ ਨਾ ਹੀ ਪਿੰਡ ਦੇ ਵਿੱਚ ਚੁਬਾਰਾ ਪੈਂਦਾ ਹੈ। ਪੰਜਾਬ ਕੇਸੀ ਜਗਬਾਣੀ ਟੀਮ ਲਈ ਮੋਗਾ ਤੋਂ ਕੁਸ਼ ਸਿੰਗਲਾ ਦੀ ਰਿਪੋਰਟ।